ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਇਸ਼ਾਰਟਲ ਵੀਨ ਦੇਖ ਰਹੇ ਹੋ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲੀ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਵੀ ਪੰਜਾਬ ਦੇ ਵਿੱਚ ਮੌਸਮ ਬੜਾ ਪਿਆਰਾ ਰਿਹਾ ਦਿਨ ਦੇ ਵੇਲੇ ਸੋਹਣੀ ਧੁੱਪ ਰਹੀ ਹੈ ਖਿੜਿਆ ਰਿਹਾ ਪੂਰਾ ਮੌਸਮ ਯਾਨੀ ਕਿ ਦਿਨ ਖਿੜਿਆ ਹੋਇਆ ਸੀ ਰਾਤ ਦੇ ਵੇਲੇ ਥੋੜੀ ਜਿਹੀ ਠੰਡ ਸੀ ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਤੇ ਜਿਸ ਤਰੀਕੇ ਨਾਲ ਮੌਸਮ ਵਧੀਆ ਚੱਲ ਰਿਹਾ 15 ਮੌਸਮ ਚੱਲ ਰਿਹਾ ਉਹਦੇ ਕਰਕੇ ਝੋਨੇ ਦੇ ਉੱਤੇ ਕੋਈ ਹਾਲ ਦੀ ਕੜੀ ਖਤਰਾ ਮੰਡਰਾਉਂਦਾ ਪ੍ਰਤੀਤ ਨਹੀਂ ਹੋ ਰਿਹਾ ਮੰਡੀਆਂ ਦੇ ਵਿੱਚ ਝੋਨੇ ਦੇ ਬਹੁਤ ਵੱਡੇ ਵੱਡੇ ਢੇਰ ਲੱਗ ਰਹੇ ਆ ਤੇ ਲੱਗ ਚੁੱਕੇ ਆ ਮੌਸਮ ਵਿਭਾਗ ਨੇ ਇਹ ਕਿਹਾ ਕਿ ਹਾਲ ਦੀ ਘੜੀ ਕੋਈ ਮੀਂਹ ਦੀ ਕਣੀ ਦੀ ਨੇਰੀ ਦੀ ਝੱਖੜ ਝੁੱਲੇ ਦੀ ਸੰਭਾਵਨਾ ਨਹੀਂ ਜਿਹਦੇ ਕਰਕੇ ਕਿਸਾਨਾਂ ਨੂੰ ਰਾਹਤ ਮਿਲਣੀ ਕੁਦਰਤੀ ਹੈ ਸੋ ਮੌਸਮ ਵਧੀਆ ਹੀ ਰਵੇ ਹੁਣ ਮੀਂਹ ਕਣੀ ਨਾ ਆਵੇ ਨੇਰੀ ਝੱਖੜ ਝੁੱਲਾ ਨਾ ਆਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਉਹਦਾ ਆਮ ਤੌਰ ਦੇ ਉੱਤੇ ਹੁਣ ਤੱਕ ਇਹੀ ਦੇਖਿਆ ਵੀ ਜਦੋਂ ਕਦੇ ਮੀਂਹ ਦੀ ਜ਼ਰੂਰਤ ਹੁੰਦੀ ਉਦੋਂ ਪੈਂਦਾ ਨਹੀਂ ਜਦੋਂ ਬਿਲਕੁਲ ਨਹੀਂ ਹੁੰਦੀ ਉਦੋਂ ਪੈ ਜਾਂਦਾ ਐਤਕੀ ਆ ਕੁਝ ਨਾ ਹੋਵੇ ਇਹਦੀ ਅਸੀਂ ਅਰਦਾਸ ਕਰਦੇ ਹਾਂ ਤਾਂ ਜੋ ਸਾਡੀ ਕਿਸਾਨੀ ਸਾਡੇ ਮਜ਼ਦੂਰ ਸਾਡੇ ਪਿੰਡ ਸਾਡੇ ਖੇਤੀ ਨਾਲ ਜੁੜੇ ਹੋਏ ਲੋਕ ਬ ਰਹਿਣ ਜਿਹੜੇ ਕਿ ਆਰਥਿਕ ਤੌਰ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਟੁੱਟੇ ਹੋਏ ਆ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਮਨਪ੍ਰੀਤ ਸਿੰਘ ਬਾਦਲ ਨਾਲ ਸੰਬੰਧਤ ਮਨਪ੍ਰੀਤ ਸਿੰਘ ਬਾਦਲ ਹੈ ਕਿੱਥੇ ਕਿਹਦੇ ਘਰ ਦੇ ਵਿੱਚ ਲੁਕਿਆ ਹੋਇਆ ਕਿਹਨੇ ਉਹਨੂੰ ਪਨਾਹ ਦਿੱਤੀ ਆ ਕਿਹਦੀ ਕੋਠੀ ਦੇ ਵਿੱਚ ਆ ਕਿਹੜੇ ਮੰਤਰੀ ਦੇ ਘਰ ਦੇ ਵਿੱਚ ਆ ਬਾਹਰਲੇ ਮੁਲਖਾ ਇੱਥੇ ਹੈ ਉੱਥੇ ਹੈ ਪੰਜਾਬ 'ਚ ਹੈ ਪੰਜਾਬੋਂ ਬਾਹਰ ਹੈ ਇਹਦੇ ਬਾਰੇ 100 ਕਿਸਮ ਦੀਆਂ ਗੱਲਾਂ ਚੱਲਦੀਆਂ ਪਰ ਮਨਪ੍ਰੀਤ ਬਾਦਲ ਇੰਉ ਗਾਇਬ ਵੀ ਹੋ ਸਕਦਾ ਇਸ ਗੱਲ ਦੀ ਆਸ ਨਹੀਂ ਸੀ ਇੰਨਾ ਲੰਮਾ ਲੰਘਾ ਬੰਦਾ ਸਰੂ ਦੇ ਕਦ ਵਰਗਾ ਬੰਦਾ ਤੇ ਉਹ ਬੰਦਾ ਇਸ ਤਰੀਕੇ ਨਾਲ ਗਾਇਬ ਹੋ ਜਾਂਦਾ ਇਹਦੇ ਬਾਰੇ ਕਦੇ ਕਿਆਸ ਨਹੀਂ ਸੀ ਕੀਤਾ ਬੰਦਾ ਇਦਾਂ ਲੁਕ ਗਿਆ ਹੋਵੇ ਥੋੜੀ ਜੀ ਥਾਂ ਦੇ ਵਿੱਚ ਲੁਕ ਵੀ ਨਹੀਂ ਸਕਦਾ ਬੰਦਾ ਸੋ ਇਸ ਤਰੀਕੇ ਦੇ ਅੰਦਾਜ਼ੇ ਨਹੀਂ ਸੀ ਪਰ ਇਹ ਖਬਰ ਬੜੀ ਮਹੱਤਵਪੂਰਨ ਹੈ ਇਸ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਦੇਣੀ ਬਣਦੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਾਰੀ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਹਾਂ ਜਿਹੜੀ ਵੀ ਪੁਲਿਸ ਮੁਲਾਜ਼ਮ ਸਤਿਕਾਰਯੋਗ ਕੰਮ ਕਰਦੇ ਉਹਨਾਂ ਦਾ ਸਤਿਕਾਰ ਕਰਨਾ ਵੀ ਬਣਦਾ ਪਰ ਸਾਰੀ ਪੁਲਿਸ ਵੀ ਚੰਗੀ ਨਹੀਂ ਅਸੀਂ ਇਹ ਵੀ ਗੱਲ ਕਹਿੰਦੇ ਭਾਵੇਂ ਕਿ ਸਾਰੀ ਮਾੜੀ ਨਹੀਂ ਇਮਾਨਦਾਰ ਪੁਲਿਸ ਕਰਮਚਾਰੀਆਂ ਦੀ ਗਿਣਤੀ ਵੀ ਘੱਟ ਨਹੀਂ ਆਪਣੀ ਡਿਊਟੀ ਨੂੰ ਤੰਦ ਹੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮ ਵੀ ਬਹੁਤ ਆ ਪਰ ਜਿਹੜੇ ਨੋਟ ਕਮਾਉਂਦੇ ਆ ਤਸਕਰਾਂ ਨਾਲ ਯਾਰੀ ਰੱਖਦੇ ਆ ਮੰਤਰੀਆਂ ਦੀ ਦਲਾਲੀ ਕਰਦੇ ਆ ਜਿਹੜੇ ਕਿ ਕੋਠੀਆਂਕਾਰਾਂ ਦੇ ਮਾਲਕ ਬਣਦੇ ਆ ਗਰੀਬਾਂ ਤੋਂ ਪੈਸੇ ਉਗਰਾਉਂਦੇ ਆ ਤੇ ਥਾਣਿਆਂ ਦੇ ਵਿੱਚ ਗਲਤ ਕੰਮ ਕਰਦੇ ਆ ਉਹਨਾਂ ਦੀ ਗਿਣਤੀ ਵੀ ਘਟ ਨਹੀਂ ਆ ਰੌਣੀ ਦੀ ਪੁਲਿਸ ਚੌਕੀ ਤੋਂ ਖਬਰ ਆਈ ਆ ਥੰਨੇ ਦੇ ਵੱਲੋਂ ਪਤਾ ਲੱਗਾ ਜੀ ਕਿ ਇੱਥੇ ਇੱਕ ਕੁੜੀ ਆਈ ਜਿਹਦਾ ਆਪਣੇ ਪ੍ਰੇਮੀ ਦੇ ਨਾਲ ਕੋਈ ਚੱਕਰ ਚੱਲਦਾ ਸੀ ਕੋਈ ਵਿਵਾਦ ਚੱਲਦਾ ਸੀ ਉਹ ਉਥੇ ਸ਼ਿਕਾਇਤ ਦਰਜ ਕਰਵਾਉਣ ਆਈ ਉਹ ਫਿਰ ਕੁੜੀ ਨੂੰ ਇਸ ਸਿਲਸਿਲੇ ਦੇ ਵਿੱਚ ਕਈ ਵਾਰ ਸ਼ੈਡ ਚੌਕੀ ਦੇ ਵਿੱਚ ਆਉਣਾ ਪਿਆ ਹੋਊਗਾ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ ਉਸ ਕੁੜੀ ਦੀ ਆਪਣੇ ਪ੍ਰੇਮੀ ਦੇ ਨਾਲ ਸੁਲਾ ਸਫਾਈ ਵੀ ਹੋ ਗਈ ਉਹ ਫਿਰ ਚਲੇ ਵੀ ਗਏ ਪਰ ਉਸ ਕੁੜੀ ਦੇ ਵੱਲੋਂ ਦੋਸ਼ ਇਹ ਲਾਏ ਗਏ ਸੀ ਕਿ ਇਸ ਚੌਕੀ ਦੇ ਇੰਚਾਰਜ ਨੇ ਤੇ ESI ਨੇ ਮੇਰੇ ਨਾਲ ਛੇੜਖਾ ਨਹੀਂ ਕੀਤੀ ਆ ਮੇਰੇ ਨਾਲ ਅਸ਼ਲੀਲ ਸ਼ਬਦਾਂ ਨਹੀਂ ਵਰਤੋ ਕੀਤੀ ਆ ਮੇਰੇ ਨਾਲ ਬਦਸਲੂਕੀ ਕੀਤੀ ਹੈ ਤੇ ਕਈ ਕੁਝ ਉਸ ਕੁੜੀ ਨੇ ਦੱਸਿਆ ਸੀ ਜਿਹੜਾ ਕਿ ਇੱਥੇ ਬੈਠ ਕੇ ਦੱਸਣ ਦੇ ਯੋਗ ਨਹੀਂ ਆ ਸੋ ਇਸ ਆਧਾਰ ਦੇ ਉੱਤੇ ਇਹਨਾਂ ਦੋਹਾਂ ਪੁਲਿਸ ਕਰਮਚਾਰੀਆਂ ਦੇ ਉੱਤੇ ਕਾਰਵਾਈ ਹੋਈ ਹੈ ਦੋਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਯਾਨੀ ਕਿ ਇਨਸਾਫ ਲੈਣ ਦੇ ਲਈ ਲੋਕ ਜਾਂਦੇ ਥਾਣੇ ਦੇ ਵਿੱਚ ਚੌਂਕੀ ਦੇ ਵਿੱਚ ਤੇ ਜੇਕਰ ਚੌਂਕੀ ਦੇ ਵਿੱਚ ਉੱਥੋਂ ਦੇ ਪੁਲਿਸ ਮੁਲਾਜ਼ਮ ਕੁੜੀਆਂ ਨੂੰ ਛੇੜਨ ਲੱਗ ਪੇ ਤਾਂ ਫਿਰ ਕੁੜੀਆਂ ਚੜੀਆਂ ਇਨਸਾਫ ਲੈਣ ਵਾਸਤੇ ਜਾਣਗੀਆਂ ਕਿੱਥੇ ਇਹ ਸਵਾਲਾਂ ਦਾ ਸਵਾਲ ਹੈ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਸਾਰੀਆਂ ਚੌਂਕੀਆਂ ਦੇ ਵਿੱਚੇ ਕੁਝ ਹੁੰਦਾ ਪਰ ਜੇਕਰ ਹੁੰਦਾ ਤਾਂ ਫਿਰ ਇਹੋ ਜੀਆਂ ਖਬਰਾਂ ਬਣਨਗੀਆਂ ਇਹ ਨਹੀਂ ਪਤਾ ਵੀ ਜਿਹੜੇ ਇਹ ਦੋਸ਼ ਲੱਗੇ ਇਹਨਾਂ ਪੁਲਿਸ ਕਰਮਚਾਰੀਆਂ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਇਹਦਾ ਕੀ ਮੋੜ ਆਊਗਾ ਪਰ ਇਹ ਖਬਰਾਂ ਅਚੰਭਤ ਕਰਨ ਦੇ ਲਈ ਕਾਫੀ ਆ ਕਿ ਭਾਈ ਕੀ ਚੌਕੀਆਂ ਦੇ ਵਿੱਚ ਜਿਹੜੇ ਬੈਠੇ ਮੁਲਾਜ਼ਮਾਂ ਉਹਨਾਂ ਦੇ ਉੱਤੇ ਵੀ ਇਹੋ ਜੇ ਦੋਸ਼ ਲੱਗ ਸਕਦੇ ਆ ਕੀ ਸੱਚੀ ਮੁੱਚੀ ਉੱਥੇ ਕੁੜੀਆਂ ਛੇੜੀਆਂ ਜਾਂਦੀਆਂ ਪੈਸੇ ਲੈਂਦੇ ਸੁਣੇ ਸੀ ਲੋਕਾਂ ਨਾਲ ਵਧਿੱਕੀ ਕਰਦੇ ਸੁਣੇ ਸੀ ਕਈ ਚੌਕੀਆਂ ਦੇ ਵਿੱਚ ਹੋਰ ਕਈ ਅਨੈਤਕ ਕੰਮ ਹੁੰਦੇ ਸੁਣੇ ਆ ਜੋ ਨੇਤਾ ਕਹਿੰਦੇ ਆ ਉਪਰੋਂ ਹੁਕਮ ਆਉਂਦਾ ਉਹਦੇ ਉੱਤੇ ਫੁੱਲ ਚੜਾਉਂਦੇ ਸੁਣੇ ਆ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਤੇ ਜਿਹੜਾ ਤਕੜਾ ਬੰਦਾ ਉਹਦੀ ਆਪਾਂ ਚਾਕਰੀ ਕਰਦੇ ਆਂ ਕਈ ਵਾਰ ਇਹੋ ਜਿਹੀਆਂ ਖਬਰਾਂ ਵੀ ਸੁਣੀਆਂ ਪਰ ਭਾਈ ਪੁਲਿਸ ਚੌਕੀਆਂ ਦੇ ਵਿੱਚ ਕੁੜੀਆਂ ਵੀ ਛੇੜੀਆਂ ਜਾਂਦੀਆਂ ਇਨਸਾਫ਼ ਲੈਣ ਆਈਆਂ ਔਰਤਾਂ ਦੇ ਨਾਲ ਬਦਸਲੂਕੀਆਂ ਵੀ ਹੁੰਦੀਆਂ ਇਹੋ ਜਿਹੀਆਂ ਖਬਰਾਂ ਨਹੀਂ ਸੀ ਕੰਨੀ ਪਈਆਂ ਅੱਖੀਂ ਦੇਖਣ ਨੂੰ ਨਹੀਂ ਸੀ ਮਿਲੀਆਂ ਹੁਣ ਵਿਜ਼ੂਅਲ ਦੇ ਰਾਹੀਂ ਵੀਡੀਓ ਦੇ ਰਾਹੀਂ ਖਬਰਾਂ ਤੈਰਦੀਆਂ ਤੇ ਕੰਨਾਂ ਦੇ ਵਿੱਚ ਸੁਣਨ ਨੂੰ ਪੈਣਗਾ ਤੇ ਅੱਖਾਂ ਇਹੋ ਜੀਆਂ ਜਦੋਂ ਖਬਰਾਂ ਨੂੰ ਪੜ ਲੈਂਦੀਆਂ ਤੇ ਬੰਦਾ ਅਚੰਬਤ ਹੋ ਹੀ ਜਾਂਦਾ ਹੁਣ ਜਿਹੜੀ ਪਹਿਲੀ ਵੱਡੀ ਖਬਰ ਦੀ ਗੱਲ ਕਰਨੀ ਸੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਸੰਬੰਧਿਤ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਜ਼ਮਾਨਤ ਦੀ ਅਰਜ਼ੀ ਲਾਈ ਆ ਇਹ ਜ਼ਮਾਨਤ ਦੀ ਅਰਜ਼ੀ ਲਾਉਣਾ ਉਹਦਾ ਨੈਤਿਕ ਅਧਿਕਾਰ ਵੀ ਆ ਉਹਨੇ ਲਾਈ ਵੀ ਆ ਜ਼ਮਾਨਤ ਮਿਲਣੀ ਹੈ ਜਾਂ ਨਹੀਂ ਮਿਲਣੀ ਇਹ ਮਾਨਯੋਗ ਅਦਾਲਤ ਦੇ ਹਿੱਸੇ ਆਉਂਦੀ ਗੱਲ ਆ ਇਹਦੇ ਉੱਤੇ ਅਸੀਂ ਕੋਈ ਟਿੱਪਣੀ ਕਰ ਨਹੀਂ ਸਕਦੇ ਮਨਪ੍ਰੀਤ ਬਾਦਲ ਨੇ ਪਹਿਲਾਂ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਲਾਈ ਸੀ ਪਰ ਜਨੋ ਮਨਪ੍ਰੀਤ ਬਾਦਲ ਦੇ ਉੱਤੇ ਪਰਚਾ ਦਰਜ ਹੋ ਗਿਆ ਤਾਂ ਮਨਪ੍ਰੀਤ ਦੇ ਵਕੀਲਾਂ ਨੇ ਉਸ ਅਰਜ਼ੀ ਨੂੰ ਵਾਪਸ ਲੈ ਲਿਆ ਸੀ ਉਹਨਾਂ ਨੇ ਕਹਿ ਸੀ ਜੀ ਕਿ ਹੁਣ ਜਿਹੜੇ ਤੱਥ ਆ ਉਹ ਬਦਲ ਗਏ ਆ ਪਹਿਲਾਂ ਸੀ ਪਰਚਾ ਦਰਜ ਹੋਣ ਤੋਂ ਪਹਿਲਾਂ ਦੀ ਗੱਲ ਤੇ ਫਿਰ ਪਰਚਾ ਦਰਜ ਹੋਣ ਤੋਂ ਬਾਅਦ ਦੇ ਦਸਤਾਵੇਜ਼ ਲਾ ਕੇ ਉਹ ਕਹਿੰਦੇ ਸੀ ਜ਼ਮਾਨਤ ਮੰਗ ਰਹੇ ਆ ਪਰ ਮਨਪ੍ਰੀਤ ਬਾਦਲ ਨੇ ਇਸ ਅਰਜ਼ੀ ਦੇ ਵਿੱਚ ਜ਼ਮਾਨਤ ਅਰਜ਼ੀ ਦੇ ਵਿੱਚ ਬਿਲਕੁਲ ਹੀ ਇਹ ਗੱਲ ਕਹੀ ਹੈ ਜੀ ਕਿ ਮੈਂ ਬੇਕਸੂਰ ਹਾਂ ਜ਼ਮਾਨਤ ਅਰਜ਼ੀ ਦੇ ਵਿੱਚ ਇਹ ਗੱਲ ਕਹੀ ਹੈ ਜਿਹੜੀ ਉਹਨੇ ਐਪਲੀਕੇਸ਼ਨ ਪਾਈ ਆ ਕਿ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਮੈਨੂੰ ਕੋਈ ਜਾਣਕਾਰੀ ਨਹੀਂ ਕਿ ਪਾਈ ਪਲਾਟਾਂ ਦੇ ਨੰਬਰ ਨਹੀਂ ਲਾਏ ਗਏ ਮੈਨੂੰ ਕੋਈ ਜਾਣਕਾਰੀ ਨਹੀਂ ਵੀ ਕਿਵੇਂ ਕਮਰਸ਼ੀਅਲ ਨੂੰ ਰਹਾਇਸ਼ੀ ਬਣਾ ਦਿੱਤਾ ਗਿਆ ਮੈਨੂੰ ਕੋਈ ਇਲਮ ਨਹੀਂ ਕਿ ਕਿਸ ਤਰੀਕੇ ਦੇ ਨਾਲ ਅਨੈਤ ਗੱਲਾਂ ਹੋਈਆਂ ਨਾ ਮੇਰੇ ਧਿਆਨ ਦੇ ਵਿੱਚ ਸੀ ਨਾ ਮੇਰੀ ਸਮਝ ਦੇ ਵਿੱਚ ਸੀ ਨਾ ਮੇਰੇ ਕਹਿਣੇ ਚ ਸੀ ਨਾ ਮੈਨੂੰ ਪੁਸ਼ਕੇ ਕੁਝ ਕੀਤਾ ਗਿਆ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਬੀਡੀਏ ਦੇ ਉੱਤੇ ਸਾਰਾ ਜਿਹੜਾ ਕਸੂਰ ਮੜਤਾ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੂੰ ਸਭ ਗੱਲਾਂ ਦਾ ਪਤਾ ਹੋਊਗਾ ਮੈਨੂੰ ਇਹਦੇ ਬਾਰੇ ਭੋਰਾ ਵੀ ਇਲਮ ਨਹੀਂ ਕਿ ਸੱਚੀ ਮੁੱਚੀ ਮਨਪ੍ਰੀਤ ਬਾਦਲ ਨੂੰ ਇਲਮ ਨਹੀਂ ਹੋਊਗਾ ਤੇ ਇੱਕ ਗੱਲ ਹੋਰ ਕਹਿਣੀ ਬਣਦੀ ਆ ਹੋ ਸਕਦਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਇਲਮ ਨਾ ਵੀ ਹੋਵੇ ਇਹ ਵੀ ਹੋ ਸਕਦਾ ਇੱਕ ਮਿੰਟ ਲਈ ਆਪਾਂ ਮੰਨ ਲੈਨੇ ਆ ਤਾਂ ਫਿਰ ਮਨਪ੍ਰੀਤ ਸਿੰਘ ਬਾਦਲ ਨੂੰ ਸਾਹਮਣੇ ਆ ਕੇ ਗੱਲ ਕਰਨੀ ਚਾਹੀਦੀ ਸੀ ਕਿ ਮਹੀਨੇ ਭਾਵੇਂ ਮੈਨੂੰ 4 ਰੱਖ ਰੋਜ਼ ਦੇ ਵਿੱਚ ਭਾਵੇਂ ਰੱਖੋ 2 ਤੇ ਭਾਵੇਂ ਰੱਖੋ 0 ਮੈਂ ਬੇਕਸੂਰ ਆ ਤੱਥਾਂ ਦੇ ਆਧਾਰ ਦੇ ਉੱਤੇ ਸਾਬਤ ਕਰੂੰਗਾ ਕਿ ਮੈਂ ਬੇਕਸੂਰ ਆ ਤੁਸੀਂ ਮੇਰੇ ਮਾਨ ਦੀ ਹਾਨੀ ਕਰ ਰਹੇ ਹੋ ਮੇਰੇ ਤੇ ਝੂਠਾ ਪਰਚਾ ਦਰਜ ਕਰ ਰਹੇ ਹੋ ਮੈਂ ਤੁਹਾਡੇ ਉੱਤੇ ਕਾਰਵਾਈ ਕਰੂੰਗਾ ਮਨਪ੍ਰੀਤ ਬਾਦਲ ਦਾ ਲੁਕ ਜਾਣਾ ਗਾਇਬ ਹੋ ਜਾਣਾ ਅਲੋਪ ਹੋ ਜਾਣਾ ਨਾਂ ਲੱਭਣਾ ਆਤਮ ਸਮਰਪਣ ਨਾ ਕਰਨਾ ਉਹਨੂੰ ਪਘੋੜਾ ਕਰਾਰ ਦੇਣ ਦੀਆਂ ਤਿਆਰੀਆਂ ਕਰਨਾ ਇਹ ਸਾਰੀਆਂ ਗੱਲਾਂ ਮਨਪ੍ਰੀਤ ਬਾਦਲ ਦੇ ਖਾਤੇ ਦੇ ਵਿੱਚ ਪੋਜ਼ਿਟਿਵ ਨਹੀਂ ਇਹ ਉਹਦਾ ਬਹੁਤ ਵੱਡਾ ਨੁਕਸਾਨ ਕਰਨ ਵਾਲੀਆਂ ਦੋ ਵਾਰ ਦਾ ਵਿੱਤ ਮੰਤਰੀ ਹੋਵੇ ਕਈ ਵਾਰ ਦਾ ਵਿਧਾਇਕ ਹੋਵੇ ਦੋ ਸਰਕਾਰਾਂ ਦੇ ਵਿੱਚ ਵਿੱਤ ਮੰਤਰੀ ਰਿਹਾ ਹੋਵੇ ਹੱਕ ਥਾਪੜ ਕੇ ਇਹ ਗੱਲ ਕਹਿੰਦਾ ਹੋਵੇ ਕਿ ਮੈਂ ਇਮਾਨਦਾਰ ਹਾਂ ਮੈਂ ਪਰਵਾਹ ਨਹੀਂ ਕਰਦਾ ਮੈਂ ਰਾਜਨੀਤੀ ਦੇ ਵਿੱਚ ਬਹੁਤ ਕੁਝ ਸਿੱਖਿਆ ਮੈਂ ਸਾਦਗੀ ਦੀ ਮੂਰਤ ਹਾਂ ਮੈਨੂੰ ਪਤਾ ਹੈ ਕਿ ਜੀਵਨ ਜਾਚ ਕੀ ਹੁੰਦੀ ਹੈ ਮੈਂ ਇਮਾਨਦਾਰੀ ਨਾਲ ਜੁੜਿਆ ਹੋਇਆ ਬੰਦਾ ਮੈਂ ਕਦੇ ਬੇਈਮਾਨੀ ਨਹੀਂ ਕੀਤੀ ਤੇ ਜਿਹੜਾ ਬੰਦਾ ਇਹ ਗੱਲ ਕਹਿੰਦਾ ਹੋਵੇ ਉਹ ਬੰਦਾ ਬਾਅਦ ਦੇ ਵਿੱਚ ਲੱਭਦਾ ਨਾ ਹੋਵੇ ਤੇ ਜਿੱਥੇ ਸੱਥਾਂ ਦੇ ਵਿੱਚ ਚਾਰ ਬੰਦੇ ਬੈਠਦੇ ਆ ਉਹ ਇੱਕੋ ਗੱਲ ਕਹਿੰਦੇ ਹੁਣ ਮਨਪਰੀਤ ਬਾਦਲ ਯਾਰ ਐਦਾਂ ਨਾ ਬਦਲਦਾ ਲੱਗਦਾ ਨਹੀਂ ਸੀ ਯਾਰ ਭੱਜ ਕੇ ਕਿੱਥੇ ਗਿਆ ਹੋਇਆ ਯਾਰ ਲੁਕਿਆ ਕਿੱਥੇ ਹੋਇਆ ਕਿਹਦੇ ਘਰ ਦੇ ਵਿੱਚ ਲੁਕਿਆ ਹੋਇਆ ਜਦੋਂ ਆ ਗੱਲਾਂ ਲੋਕਾਂ ਦੀ ਜ਼ੁਬਾਨ ਦੇ ਉੱਤੇ ਹੋਣ ਬੁੱਲਾਂ ਦੇ ਉੱਤੇ ਹੋਣ ਤੇ ਫਿਰ ਆਪਾਂ ਕੀ ਕਵਾਂਗੇ ਕਿ ਭਾਈ ਮੈਂ ਕਸੂਰਵਾਰ ਸੀ ਕਿ ਬੇਕਸੂਰ ਸੀ ਸੋ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸੱਜਾ ਕਰਦੇ ਆ ਤੇ ਫਿਰ ਕਰਾਂਗੇ ਪੰਜਾਬ ਦੀ ਵਿਜੀਲੈਂਸ ਬਿਊਰੋ ਨਾਲ ਲੁਕੜਮਿਤੀ ਖੇਡ ਰਿਹਾ ਹੈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਅਨਕਾਰ ਦਿੱਤਾ ਹੈ ਇਸ ਗੱਲ ਦਾ ਖੁਲਾਸਾ ਉਹਨਾਂ ਵੱਲੋਂ ਅਗਾਊਂ ਜ਼ਮਾਨਤ ਲਈ ਲਾਈ ਗਈ ਅਰਜ਼ੀ ਦੇ ਵਿੱਚ ਕੀਤੇ ਗਏ ਦਲੀਲਾਂ ਤੋਂ ਹੋਇਆ ਬਠਿੰਡਾ ਵਿੱਚ ਮਾਡਲ ਟਾਊਨ ਫੇਜ਼ 1 ਦੇ ਵਿੱਚ ਪਲਾਟ ਖਰੀਦਣ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਨੇ ਇਹ ਸਾਰਾ ਮਾਮਲਾ ਬੀ ਡੀ ਏ ਦੇ ਅਧਿਕਾਰੀਆਂ ਉੱਤੇ ਸੁੱਟ ਦਿੱਤਾ ਹੈ ਮਨਪ੍ਰੀਤ ਬਾਦਲ ਦੇ ਵੱਲੋਂ ਲਾਈ ਗਈ ਜ਼ਮਾਨਤ ਅਰਜ਼ੀ ਵਿੱਚ ਕਿਹਾ ਗਿਆ ਕਿ ਉਹ ਬਿਲਡਿੰਗ ਵਿੱਚ ਨਿਯਮਾਂ ਦਾ ਉਲੰਘਣ ਹੋਇਆ ਤਾਂ ਇਹਦੇ ਲਈ ਬੀਡੀਏ ਦੇ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਨੇ ਉਹਨਾਂ ਨੇ ਬੀਡੀਏ ਦੇ ਅਧਿਕਾਰੀਆਂ ਦੇ ਉੱਤੇ ਕੋਈ ਵੀ ਦਬਾਅ ਨਹੀਂ ਪਾਇਆ ਸਹੀ ਨੰਬਰਾਂ ਵਾਲੇ ਪਲਾਟਾਂ ਦਾ ਸਹੀ ਨਕਸ਼ਾ ਅਪਲੋਡ ਨਾ ਕਰਨਾ ਸਫਲ ਬੋਲੀਕਾਰ ਨੂੰ ਘੱਟ ਦਰ ਨੇ ਉੱਤੇ ਅਲਾਟਮੈਂਟ ਜਾਂ ਸਫਲ ਬੋਲੀਕਾਰ ਲਈ ਪਿਛਲੀਆਂ ਨਿਲਾਮੀ ਦੀਆਂ ਦਰਾਂ ਦੇ ਅੰਤਰ ਤੇ ਵਪਾਰਕ ਪਲਾਟਾਂ ਨੂੰ ਰਿਹਾਇਸ਼ੀ ਵਿੱਚ ਤਬਦੀਲ ਕਰਨ ਦੀ ਕਾਰਵਾਈ ਬੀਡੀਏ ਦੇ ਅਧਿਕਾਰੀਆਂ ਨੇ ਉਹਨਾਂ ਮੁਤਾਬਕ ਕੀਤੀ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੇ ਉੱਤੇ ਰਾਜਨੀਤੀ ਵੀ ਜਾਰੀ ਹੈ ਪਰ ਲਗਾਤਾਰ ਵਿਜੀਲੈਂਸ ਦੀਆਂ ਟੀਮਾਂ ਮਨਪ੍ਰੀਤ ਬਾਦਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹਾਲਾਂਕਿ ਉਹ ਲੱਭੇ ਹਾਲੇ ਤੱਕ ਨਹੀਂ ਇਸ ਖਬਰ ਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਮਨਪ੍ਰੀਤ ਬਾਦਲ ਦੇ ਵੱਲੋਂ ਪੇਸ਼ ਕੀਤੀਆਂ ਦਲੀਲਾਂ ਫਾਈਲ ਦੇ ਵਿੱਚ ਪੇਸ਼ ਕੀਤੇ ਗਏ ਆਪਣੇ ਤੱਥ ਆਪਣੇ ਵਿਚਾਰ ਹੋ ਸਕਦਾ ਮਾਨਯੋਗ ਅਦਾਲਤ ਇਹਦੇ ਉੱਤੇ ਕੋਈ ਰਾਹਤ ਵੀ ਦੇ ਦੇਵੇ ਮਨਪ੍ਰੀਤ ਬਾਦਲ ਨੂੰ ਇਹ ਸਮੇਂ ਨੇ ਬਿਆਨ ਕਰਨਾ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਗੱਲ ਇਹ ਹੈ ਕਿ ਮਨਪ੍ਰੀਤ ਬਾਦਲ ਲੁਕਿਆ ਕਿਉਂ ਗੱਲ ਇਹ ਹੈ ਕਿ ਮਨਪ੍ਰੀਤ ਬਾਦਲ ਲੁਕਿਆ ਕਿੱਥੇ ਗੱਲ ਇਹ ਹੈ ਕਿ ਮਨਪ੍ਰੀਤ ਬਾਦਲ ਜਿਹੜਾ ਕੁਝ ਹਫ਼ਤੇ ਪਹਿਲਾਂ ਗੱਲ ਕਰ ਰਿਹਾ ਸੀ ਕਿ ਪ੍ਰਵਾਹ ਨਹੀਂ ਕਰਦਾ ਮੈਂ ਕਿਸੇ ਦੀ ਉਹ ਮਨਪ੍ਰੀਤ ਬਾਦਲ ਹੁਣ ਹੈ ਕਿੱਥੇ ਬੜਕਾ ਹੈ ਕਿੱਥੇ ਅਗਲੀ ਗੱਲ ਇਹ ਹੈ ਕਿ ਲੰਘੇ ਕੱਲ ਬਰਖਾਸਤ ਕੀਤੇ ਗਏ ਏ ਆਈ ਜੀ ਰਾਜੀਤ ਸਿੰਘ ਨੂੰ ਵੀ ਜ਼ਮਾਨਤ ਮਿਲ ਗਈ ਆ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਆ ਰਾਜੀਤ ਸਿੰਘ ਵੀ ਮਨਪ੍ਰੀਤ ਬਾਦਲ ਵਾਂਗੂੰ ਲੱਭਿਆ ਥੋੜੀ ਸੀ ਹੁਣ ਰਾਜੀਤ ਸਿੰਘ ਨੇ ਵੀ ਸਾਹਮਣੇ ਆ ਜਾਣਾ ਤੇ ਜੇ ਮਨਪ੍ਰੀਤ ਬਾਦਲ ਨੂੰ ਜ਼ਮਾਨਤ ਮਿਲ ਜਾਨੀ ਤਾਂ ਸਾਹਮਣੇ ਉਹਨਾਂ ਨੇ ਵੀ ਆ ਜਾਣਾ ਇਸ ਤੋਂ ਪਹਿਲਾਂ 2-3 ਦਿਨ ਪਹਿਲਾਂ ਭਰਤਿੰਦਰ ਚਾਲਦੀ ਵੀ ਸਮਾਨ ਤਰਜ਼ੀ ਮਨਜ਼ੂਰ ਕੀਤੀ ਗਈ ਆ ਤੇ ਤਿੰਨੇ ਹੀ ਵਿਜੀਲੈਂਸ ਨੂੰ ਤਿੰਨੇ ਹੀ ਪੁਲਿਸ ਨੂੰ ਲੱਭੇ ਹੀ ਨਹੀਂ ਹੁਣ ਭਾਵੇਂ ਰਾਜਜੀਤ ਤੇ ਭਰਤਿੰਦਰ ਚਾਲ ਦਾ ਤਾਂ ਸਾਹਮਣੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਪਰ ਮਨਪ੍ਰੀਤ ਬਾਦਲ ਵੀ ਸ਼ਾਇਦ ਇਸ ਗੱਲ ਦੀ ਉਡੀਕ ਕਰ ਰਹੇ ਆ ਵੀ ਜੇਕਰ ਰਾਜਜੀਤ ਨੂੰ ਜ਼ਮਾਨਤ ਮਿਲ ਜਾਂਦੀ ਹੈ ਕਿਪ ਤਾਂ ਸਾਨੂੰ ਵੀ ਮਿਲ ਜੇ ਜੇ ਮਿਲ ਜਾਂਦੀ ਤਾਂ ਅਸੀਂ ਸਾਹਮਣੇ ਆ ਕੇ ਗੱਲ ਕਵਾਂਗੇ ਜਿ ਕਿ ਇਹਨਾਂ ਨੇ ਮੇਰੇ ਨਾਲ ਧੱਕਾ ਕਰਨਾ ਸੀ ਮੈਂ ਤਾਂ ਤਾਂ ਕਰਕੇ ਲੁਕਿਆ ਸੀ ਮੈਂ ਕਿਤੇ ਦੇਸ਼ ਨਹੀਂ ਛੱਡਿਆ ਮੈਂ ਫਲਾਣੀ ਥਾਂ ਦੇ ਉੱਤੇ ਸੀ ਆਪਣੇ ਘਰ ਦੇ ਵਿੱਚ ਸੀ ਆਪਣੇ ਪੰਜਾਬ ਦੇ ਵਿੱਚ ਸੀ ਨਾ ਤਾਂ ਇੱਥੇ ਜਿਹਨੋਂ ਬੰਦੇ ਤੇ ਦੋਸ਼ ਲੱਗਦੇ ਪਰਚੇ ਦਰਜ ਹੁੰਦੇ ਆ ਉਦੋਂ ਤੱਕ ਬੰਦੇ ਲੱਭਦੇ ਆ ਖਾਸ ਕਰਕੇ ਉਹ ਬੰਦੇ ਜਿਹੜੇ ਕਿ ਬਹੁਤ ਵੱਡੇ ਆ ਜਿਹੜੇ ਤੜਵੈਲ ਆ ਜਿਹੜੇ ਪਛਾਣ ਵਾਲੇ ਜਿਹੜੇ ਕਿ ਪੰਜਾਬ ਦੀ ਰਾਜਨੀਤੀ ਜਾਂ ਪੰਜਾਬ ਦੇ ਪ੍ਰਸ਼ਾਸਨ ਦੇ ਵਿੱਚ ਆਪਣਾ ਚੰਗਾਰ ਸੁਖ ਰੱਖਦੇ ਆ ਉਹ ਬੰਦੇ ਲੱਭਦੇ ਨਹੀਂ ਜਦੋਂ ਪਰਚਾ ਦਰਜ ਹੋ ਜਾਂਦਾ ਉਹ ਅਖੀਰ ਤੱਕ ਦੇਖਦੇ ਆ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲਾ ਕੇ ਵੀ ਇਹ ਦੇਖਦੇ ਆ ਕਿ ਜੇਕਰ ਸਾਡੇ ਪੱਖ 'ਚ ਫੈਸਲਾ ਆ ਜਾਂਦਾ ਤੇ ਭਾਈ ਪੁਲਿਸ ਦੇ ਮੂਹਰੇ ਜਾ ਕੇ ਕਵਾਂਗੇ ਜੀ ਹੁਣ ਫੜ ਲਓ ਤੇ ਜੇ ਨਹੀਂ ਆਉਂਦਾ ਤੇ ਫਿਰ ਭਾਈ ਅਗਲੀ ਕਹਾਣੀ ਆਪੇ ਸਿਰਜਾਂਗੇ ਬਿੰਨੇ ਕੀ ਬਣਦਾ ਸੋ ਮਨਪ੍ਰੀਤ ਬਾਦਲ ਦਾ ਭੇਤ ਭਰੇ ਹਾਲਾਤ ਦੇ ਵਿੱਚ ਗੁੰਮ ਹੋਣਾ ਜਾਂ ਗਾਇਬ ਹੋ ਜਾਣਾ ਜਾਂ ਲਾਪਤਾ ਹੋ ਜਾਣਾ ਜਾਂ ਅੰਡਰਗਰਾਊਂਡ ਹੋ ਜਾਣਾ ਤੇ ਜਿਵੇਂ ਪੁਲਿਸੇ ਗੱਲ ਕਹਿੰਦੀ ਹੈ ਵੀ ਭਾਈ ਅਸੀਂ ਪਘੋੜਾ اقرار ਨਹੀਂ ਦੇਣਾ ਤੇ ਜੇਕਰ ਪਘੋੜਾ اقرار ਦੇ ਦਿੰਦੇ ਫਿਰ ਤਾਂ ਗੱਲ ਹੀ ਖਤਮ ਹੋ ਜਾਣੀ ਆ ਪਰ ਮਨਪ੍ਰੀਤ ਬਾਦਲ ਹੋਰੀ ਤੇਲ ਤੇ ਤੇਲ ਦੀ ਧਾਰ ਨੂੰ ਦੇਖ ਰਿਹਾ ਜਿੱਥੇ ਵੀ ਬੈਠ ਕੇ ਦੇਖ ਰਿਹਾ ਆ ਉਹਨਾਂ ਨੂੰ ਇਸ ਗੱਲ ਦੀ ਆਸ ਆ ਕਿ ਸ਼ਾਇਦ ਝੋਲੀ ਦੇ ਵਿੱਚ ਖੈਰ ਪੈ ਜੇ ਇਹ ਪੈਂਦੀ ਆ ਕਿ ਨਹੀਂ ਪੈਂਦੀ ਵਕਤ ਨੇ ਬਿਆਨ ਕਰਨਾ ਪਰ ਐਤਕੀ ਮਨਪ੍ਰੀਤ ਬਾਦਲ ਤੇ ਕਈ ਹੋਰ ਲੋਕ ਨੇ ਜਿਹੜੇ ਜਿਹੜੇ ਕਿ ਵਿਜੀਲੈਂਸ ਦੇ ਮੂਰੇ ਮੂਰੇ ਭਾਈ ਦੇ ਭਾਈ ਦੇ ਲੁਕ ਗਏ ਅਚਾਨਕ ਉਹਨਾਂ ਦਾ ਕਿਰਦਾਰ ਜ਼ਰੂਰ ਸਾਹਮਣੇ ਆ ਗਿਆ ਵੀ ਭਾਈ ਇਹ ਬਹਾਦਰ ਕਿੰਨੇ ਕਿਨੇ ਇਹ ਸਾਹਮਣਾ ਕਿੰਨਾ ਕਰਦੇ ਨੇ ਵੈਸੇ ਸਾਹਮਣਾ ਕਰਨਾ ਜ਼ਰੂਰ ਚਾਹੀਦਾ ਸੀ ਭਾਰਤ ਦੇ ਖਿਡਾਰੀਆਂ ਨੇ ਕਮਾਲ ਕਰਤੀ ਆ ਕੋਕੇ ਜੜ ਤੇ ਕਹਿਣ ਦਾ ਭਾਵ ਇਹ ਆ ਹਾਂ ਜੂ ਖੇਤਰ ਦੇ ਵਿੱਚ ਚੀਨ ਦੇ ਵਿੱਚ ਇਸ ਵੇਲੇ ਏਸ਼ੀਅਨ ਖੇਡਾਂ ਚੱਲ ਰਹੀਆਂ ਤੇ ਭਾਰਤ ਨੇ 1 2 10 20 50 70 80 90 ਨਹੀਂ ਹੁਣ ਤੱਕ 13ਵਾਂ ਦਿਨ ਕਿਉਂਕਿ ਲੰਘਿਆ ਕੱਲ ਜਿਹੜਾ ਉਹ 13ਵਾਂ ਦਿਨ ਸੀ ਇਹਨਾਂ ਖੇਡਾਂ ਦਾ ਤੇ 13ਵੇਂ ਦਿਨ ਭਾਰਤ ਦੇ ਖਿਡਾਰੀਆਂ ਨੇ ਮੈਡਲਾਂ ਦੀ ਝੜੀ ਲਾਤੀ ਤੇ ਹੁਣ ਤੱਕ ਕੁੱਲ 95 ਮੈਡਲ ਭਾਰਤ ਦੀ ਝੋਲੀ ਦੇ ਵਿੱਚ ਪੈ ਗਏ ਆ ਜਿਦੇ ਵਿੱਚ ਸੋਨੇ ਦੇ ਵੀ ਆ ਚਾਂਦੀ ਦੇ ਵੀ ਤੇ ਕਾਂਸੇ ਦੇ ਵੀ ਆ ਜਾਕਰਤਾ ਦੀਆਂ ਖੇਡਾਂ ਤੋਂ ਬਾਅਦ ਭਾਰਤ ਦੇ ਖਿਡਾਰੀਆਂ ਦੇ ਵੱਲੋਂ ਐਸਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੀ ਚਾਰੇ ਪਾਸੇ ਬੱਲੇ ਬੱਲੇ ਹੋਈ ਪਈ ਆ ਮੈਨੂੰ ਕੱਲ ਇੱਕ ਸੱਜਣ ਨੇ ਕਿਹਾ ਕਹਿੰਦੇ ਯਾਰ ਭਾਰਤ ਹਾਲੇ ਵੀ ਤਮਗਾ ਸੂਚੀ ਦੇ ਵਿੱਚ ਚੌਥੇ ਨੰਬਰ ਤੇ ਆ ਮੈਂ ਕਿਹਾ ਤੁਸੀਂ ਇਹਨੂੰ ਚੌਥੇ ਤੇ ਨਾ ਮੰਨੋ ਤੁਸੀਂ ਇਹਨੂੰ ਪਹਿਲੇ ਤੇ ਮੰਨੋ ਚੀਨ ਦੇ ਖਿਡਾਰੀ ਪਹਿਲੇ ਨੰਬਰ ਤੇ ਮੈਡਲ ਲੈਣ ਦੇ ਵਿੱਚ ਪਰ ਚੀਨ ਦੇ ਖਿਡਾਰੀਆਂ ਲਈ ਉੱਥੋਂ ਦੀਆਂ ਸਰਕਾਰਾਂ ਖਿਡਾਰੀਆਂ ਵਾਸਤੇ ਬਜਟ ਕਿੰਨਾ ਰੱਖਦੀਆਂ ਇਹਦੇ ਵੱਲ ਦੇਖੋ ਤੇ ਭਾਰਤ ਦੇ ਖਿਡਾਰੀਆਂ ਵਾਸਤੇ ਬਜਟ ਕਿੰਨਾ ਫਿਰ ਇਹਦੇ ਵੱਲ ਵੇਖੋ ਚੀਨ ਦੇ ਖਿਡਾਰੀਆਂ ਨੂੰ ਸਹੂਲਤਾਂ ਕਿਹੜੀਆਂ ਇਹ ਦੇਖੋ ਤੇ ਭਾਰਤ ਦੇ ਖਿਡਾਰੀਆਂ ਨੂੰ ਸਹੂਲਤਾਂ ਕਿਹੜੀਆਂ ਇਹ ਦੇਖੋ ਚੀਨ ਦੇ ਖਿਡਾਰੀਆਂ ਦੇ ਮਕਸਦ ਕਿਹੜ ਬਹੁਤੇ ਖਿਡਾਰੀ ਥੋੜਾ ਮਾਰੇ ਆ ਜਿਹੜੇ ਇਹ ਗੱਲ ਸੋਚ ਕੇ ਖੇਡਾਂ ਦੇ ਵੱਲ ਆਉਂਦੇ ਵੀ ਚਲੋ ਯਾਰ ਸਰਕਾਰੀ ਨੌਕਰੀ ਹੀ ਮਿਲ ਜੂਗੀ ਘਰ ਦੀ ਗਰੀਬੀ ਤਾਂ ਨਿਕਲੂਗੀ ਪੀਪੇ ਚ ਆਟਾ ਤਾਂ ਆਊਗਾ ਉਧਰਲੇ ਖਿਡਾਰੀਆਂ ਦਾ ਜਜ਼ਬਾ ਤੇ ਇਧਰਲੇ ਖਿਡਾਰੀਆਂ ਦਾ ਜਜ਼ਬਾ ਘਟ ਨਹੀਂਗਾ ਜਜ਼ਬਾ ਬਰਾਬਰ ਆ ਪਰ ਉਧਰ ਦੀਆਂ ਸਹੂਲਤਾਂ ਤੇ ਇਧਰ ਦੀਆਂ ਸਹੂਲਤਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਅਸੀਂ ਦੇਖਦੇ ਆ ਚੀਨ ਦੇ ਖਿਡਾਰੀਆਂ ਨੂੰ ਬੱਚਿਆਂ ਨੂੰ ਨਿਕਨਕੇ ਬੱਚਿਆਂ ਨੂੰ 4-4 5-5 ਸਾਲ ਦੇ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਜਮਨਾਸਟਿਕ ਦੇ ਖੇਤਰ ਦੇ ਵਿੱਚ ਪਾਇਆ ਜਾਂਦਾ ਰਬੜ ਵਾਂਗੂ ਸਰੀਰ ਮੋੜ ਦਿੱਤੇ ਜਾਂਦੇ ਆ ਤੇ ਸਾਡੇ ਖਿਡਾਰੀਆਂ ਨੂੰ ਵਿਚਾਰਿਆਂ ਨੂੰ ਇਸ ਗੱਲ ਦਾ ਫਿਕਰ ਪਿਆ ਹੁੰਦਾ ਵੀ ਯਾਰ ਪਤਾ ਨਹੀਂ ਇਨਾਮ ਦੇਣਗੇ ਕਿ ਨਹੀਂ ਯਾਰ ਪਤਾ ਨਹੀਂ ਕੋਈ ਪੋਸਟ ਮਿਲੂਗਾ ਕਿ ਨਹੀਂ ਯਾਰ ਪਤਾ ਨਹੀਂ ਵੀ ਸਰਕਾਰ ਨੇ ਕੀ ਕਰਨਾ ਇੱਥੇ ਕਮਾਲ ਦੀ ਗੱਲ ਇਹ ਆ ਵੀ ਫੈਡਰੇਸ਼ਨਾਂ ਦੇ ਮੁਖੀ ਉਹ ਲਾਏ ਜਾਂਦੇ ਬਹੁਤੀ ਵਾਰ ਜਿਨ੍ਹਾਂ ਦਾ ਗੁੱਲੀ ਡੰਡੇ ਨਾਲ ਵੀ ਕੋਈ ਸਬੰਧ ਨਹੀਂ ਹੁੰਦਾ ਤੇ ਬਾਹਰਲੇ ਮੁਲਕਾਂ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਫੈਡਰੇਸ਼ਨਾਂ ਦੇ ਮੁਖੀ ਉਹ ਹੁੰਦੇ ਆ ਜਿਹੜੇ ਕਿ ਉਹ ਸਬੰਧਤ ਖੇਡ ਦੇ ਵਿੱਚ ਬਹੁਤ ਮੁਹਾਰਤ ਰੱਖਣ ਵਾਲੇ ਹੁੰਦੇ ਆ ਜਿਨ੍ਹਾਂ ਨੇ ਕੋਕੇ ਜਿਹੜੇ ਪਏ ਹੁੰਦੇ ਆ ਸੋ ਅਸੀਂ ਚੌਥੇ ਨੰਬਰ ਤੇ ਭਾਵੇਂ ਹਾਲੇ ਤੱਕ ਹਾਂ ਪਰ 100 ਤੋਂ ਵੱਧ ਮੈਡਲ ਇਤਕੀ ਝੋਲੀ ਦੇ ਵਿੱਚ ਪੈਣਗੇ ਗਰੰਟੀ ਹੈ 95 ਪੈ ਚੁੱਕੇ ਆ ਹਾਲੇ ਹੋਰ ਕਈ ਪੈਣੇ ਬਾਕੀ ਆ ਇੱਕ ਦਿਨ ਦੇ ਵਿੱਚ ਅਸੀਂ 7 7 8 8 9 9 ਮੈਡਲ ਝੋਲੀ ਦੇ ਵਿੱਚ ਪਾ ਰਹੇ ਆ ਲੰਘੇ ਕੱਲ ਤਾਂ ਭਾਰਤ ਦੀ ਹਾਕੀ ਟੀਮ ਨੇ ਕਮਾਲ ਕਰਤੀ ਆ ਪੰਜ ਇੱਕ ਦੇ ਨਾਲ ਬੜਕਾ ਕੇ ਮਾਰਿਆ ਦੂਜੀ ਟੀਮ ਨੂੰ ਤੇ ਜਾਪਾਨ ਨੂੰ ਹਰਾ ਕੇ ਤੇ 골ਡ ਮੈਡਲ ਝੋਲੀ ਦੇ ਵਿੱਚ ਪਾ ਲਿਆ ਤੇ ਕਮਾਲ ਦੀ ਗੱਲ ਦੇਖੋ 2024 ਦੀਆਂ 올림픽 ਖੇਡਾਂ ਵਾਸਤੇ ਭਾਰਤ ਦੀ ਹਾਕੀ ਟੀਮ ਕੁਆਲੀਫਾਈ ਵੀ ਕਰ ਗਈ ਹੈ ਇਹ ਵੀ ਇੱਕ ਪ੍ਰਾਪਤੀ ਹੈ ਸਾਨੂੰ ਆਪਣੇ ਦੇਸ਼ ਦੇ ਖਿਡਾਰੀਆਂ ਉੱਤੇ ਮਾਣ ਸੀ ਸਾਨੂੰ ਦੇਸ਼ ਦੇ ਖਿਡਾਰੀਆਂ ਉੱਤੇ ਮਾਣ ਹੈ ਰਾਜਨੀਤਿਕ ਲੋਕ ਭਾਵੇਂ ਇਹ ਗੱਲ ਕਹੀ ਜਾਣ ਕਿ ਅਸੀਂ ਜੀ ਐਵੇਂ ਕੀਤਾ ਖਿਡਾਰੀਆਂ ਲਈ ਆਹ ਕੀਤਾ ਤਾਂ ਮੈਡਲ ਆਏ ਨਹੀਂ ਬਿਲਕੁਲ ਝੂਠ ਹੈ ਕਿਸੇ ਵੀ ਦੇਸ਼ ਦੀ ਸਰਕਾਰ ਨੇ ਕਿਸੇ ਵੀ ਸੂਬੇ ਦੀ ਸਰਕਾਰ ਨੇ ਉਹਨਾਂ ਨਹੀਂ ਸੋਚਿਆ ਖਿਡਾਰੀਆਂ ਬਾਰੇ ਜਿੰਨਾ ਉਹ ਆਪਣੀਆਂ ਖੇਡਾਂ ਬਾਰੇ ਸੋਚਦੇ ਰਹੇ ਆ ਰਾਜਨੀਤਿਕ ਲੋਕ ਆਪਣੀਆਂ ਸਿਆਸੀ ਖੇਡਾਂ ਖੇਡਦੇ ਖੇਡਦੇ ਤਿੰਨ ਵਾਰ ਪੰਜ ਵਾਰ 10 ਵਾਰ ਵਕ-ਵਕ ਅਹੁਦੇ ਤੇ ਪਹੁੰਚ ਜਾਂਦੇ ਆ ਪਰ ਸਾਡੇ ਦੇਸ਼ ਦੇ ਖਿਡਾਰੀ ਭਾਵੇਂ ਉਹ ਪੰਜਾਬ ਦੇ ਆ ਭਾਵੇਂ ਭਾਰਤ ਦੇ ਕਿਸੇ ਹੋਰ ਸੂਬੇ ਦੇ ਆ ਉਹ ਦਿਨ ਰਾਤ ਮਿਹਨਤ ਕਰਕੇ ਮਿੱਟੀ ਨਾਲ ਮਿੱਟੀ ਹੋ ਕੇ ਇਕਾਗਰਤਾ ਹਾਸਲ ਕਰਕੇ ਆਪਣਾ ਬਹੁਤ ਕੁਝ ਛੱਡ ਕੇ ਫਿਰ ਇਸ ਮੰਜ਼ਲ ਤੇ ਪਹੁੰਚਦੇ ਆ ਤੇ ਫਿਰ ਵੀ ਨਿਗਾਹ ਰਹੀਂਦੀ ਆ ਇਹਨਾਂ ਰਾਜਨੀਤਿਕ ਲੋਕਾਂ ਦੇ ਉੱਤੇ ਵੀ ਇਹ ਕੋਈ ਸਿਆਸੀ ਖੇਡ ਖੇਡ ਦੇ ਖੇਡ ਦੇ ਕੀ ਪਤਾ ਸਾਡੀ ਝੋਲੀ ਦੇ ਵਿੱਚ ਵੀ ਕੁਝ ਪਾ ਰਹੇ ਪਹਿਲਾਂ ਸੰਖੇਪ ਦੇ ਵਿੱਚ ਇਸ ਰਿਪੋਰਟ ਦਾ ਵੇਰਵਾ ਕਿ ਭਾਰਤ ਦੀ ਝੋਲੀ ਦੇ ਵਿੱਚ ਕਿੰਨੇ ਮੈਡਲ ਪਏ ਆ ਲੰਘੇ ਕੱਲ ਕਿਹੜੀ ਕਿਹੜੀ ਖੇਡ ਦੇ ਵਿੱਚ ਮੈਡਲ ਪਏ ਆ ਤੇ ਭਵਿੱਖ ਦੇ ਵਿੱਚ ਕੀ ਹੋ ਸਕਦਾ ਤੇ ਫਿਰ ਕਰਾਂਗੇ ਟਿੱਪਣੀ ਹਾਕ ਜੋਜ ਦੇ ਵਿੱਚ ਚੱਲ ਰਏ ਏਸ਼ੀਅਨ ਖੇਡਾਂ ਦੇ 13ਵੇਂ ਦਿਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦਿਨ ਦਾ ਇਕਲੌਤਾ 골ਡ ਮੈਡਲ ਹਾਕੀ ਦੇ ਵਿੱਚ ਆਇਆ ਭਾਰਤ ਦੀ ਹਾਕੀ ਟੀਮ ਨੇ ਜਾਪਾਨ ਨੂੰ 골ਡ ਮੈਡਲ ਮੈਚ 5-1 ਦੇ ਫਰਕ ਨਾਲ ਹਰਾ ਦਿੱਤਾ ਭਾਰਤੀ ਹਾਕੀ ਟੀਮ ਨੇ ਇਸ ਜਿੱਤ ਦੇ ਨਾਲ ਪੈਰਿਸ 올림픽 2024 ਦੇ ਲਈ ਵੀ ਕੁਆਲੀਫਾਈ ਕਰ ਲਿਆ ਭਾਰਤ ਹੁਣ 100 ਮੈਡਲਾਂ ਦਾ ਅੰਕੜਾ ਛੋਣ ਨੂੰ ਤਿਆਰ ਹੈ ਲੰਘੇ ਕੱਲ 9 ਮੈਡਲ ਜਿੱਤਣ ਤੋਂ ਬਾਅਦ ਭਾਰਤ ਦੀ ਮੈਡਲਾਂ ਦੀ ਗਿਣਤੀ 95 ਹੋ ਗਈ ਹੈ ਇਸ ਦੇ ਨਾਲ ਹੀ ਭਾਰਤ ਨੇ ਲੰਘੇ ਕੱਲ 4 ਖੇਡਾਂ ਦੇ ਵਿੱਚ ਆਪਣੇ 7 ਮੈਡਲ ਪੱਕੇ ਕਰ ਲਏ ਨੇ ਇਸ હિਸਾਬ ਦੇ ਨਾਲ ਭਾਰਤ 100 ਮੈਡਲ ਜਿੱਤਣ ਦੇ ਕਰੀਬ ਹੈ ਚੀਨ ਹੁਣ ਤੱਕ ਪਹਿਲੇ ਨੰਬਰ ਦੇ ਉੱਤੇ ਆ 골ਡ ਮੈਡਲ ਚੀਨ ਨੇ ਹੁਣ ਤੱਕ ਇਹਨਾਂ ਏਸ਼ੀਅਨ ਖੇਡਾਂ ਵਿੱਚ 182 ਜਿੱਤੇ ਨੇ ਸਿਲਵਰ 103 ਤੇ ਬ੍ਰਾਉਂਜ਼ 57 ਕੁੱਲ 342 ਮੈਡਲ ਜਾਪਾਨ ਦੂਜੇ ਨੰਬਰ ਦੇ ਉੱਤੇ ਆ 골ਡ 44 ਸਿਲਵਰ 55 ਤੇ ਬ੍ਰਾਉਂਜ਼ 60 ਕੁੱਲ 159 ਸਾਊਥ ਕੋਰੀਆ ਤੀਜੇ ਨੰਬਰ ਦੇ ਉੱਤੇ ਆ ਜਿਨ੍ਹਾਂ ਨੇ ਹੁਣ ਤੱਕ ਤੀਹਵੇਂ ਦਿਨ ਤੱਕ 34 골ਡ ਮੈਡਲ 47 ਚਾਂਦੀ ਦੇ ਤੇ 81 ਕਾਂਸੀ ਦੇ ਜਿੱਤ ਕੇ 162 ਮੈਡਲ ਹਾਸਲ ਕੀਤੇ ਨੇ ਤੇ ਭਾਰਤ ਚੌਥੇ ਨੰਬਰ ਦੇ ਉੱਤੇ ਆ ਤਮਗਾ ਸੂਚੀ ਦੇ ਵਿੱਚ ਜਿਨੇ 22 골ਡ ਮੈਡਲ 34 ਚਾਂਦੀ ਦੇ ਤੇ 39 ਕਾਂਸੀ ਦੇ ਜਿੱਤ ਕੇ ਕੁੱਲ 95 ਮੈਡਲ ਆਪਣੀ ਧੋਲੀ ਦੇ ਵਿੱਚ ਪਾਏ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਐਤਕੀ ਜਿਹੜੇ ਮੈਡਲ ਜਿੱਤੇ ਗਏ ਆ ਇਹਨਾਂ ਮੈਡਲਾਂ ਨੂੰ ਜਿੱਤਣ ਦੇ ਵਿੱਚ ਵੈਸੇ ਤਾਂ ਸਾਰੇ ਹੀ ਭਾਰਤ ਦੇ ਖਿਡਾਰੀਆਂ ਦਾ ਕੋਈ ਹਰਿਆਣਾ ਤੋਂ ਆ ਕੋਈ ਰਾਜਸਥਾਨ ਤੋਂ ਆ ਕਿਸੇ ਹੋਰ ਸੂਬੇ ਤੋਂ ਕੋਈ ਕਿਸੇ ਹੋਰ ਸੂਬੇ ਤੋਂ ਆ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਸਭ ਦੀ ਮਿਹਨਤ ਨੂੰ ਸਲਾਮ ਤੇ ਸਭ ਨੂੰ ਸ਼ਾਬਾਸ਼ ਤੁਸੀਂ ਕਮਾਲ ਕਰਤੀ ਹੈ ਤੁਹਾਡੇ ਉੱਤੇ ਮਾਣ ਸੀ ਤੁਸੀਂ ਤਿਰੰਗਾ ਜਿੱਥੇ-ਜਿੱਥੇ ਲਹਿਰਾ ਰਹੇ ਹੋ ਸਾਨੂੰ ਖੁਸ਼ੀ ਹੁੰਦੀ ਹੈ ਸਾਡੇ ਮਾਣ ਦੇ ਵਿੱਚ ਵਾਧਾ ਹੁੰਦਾ ਸਾਡੇ ਸਨਮਾਨ ਦੇ ਵਿੱਚ ਵਾਧਾ ਹੁੰਦਾ ਪਰ ਇੱਕ ਗੱਲ ਮੈਂ ਆਪਦੇ ਬਲਵਲੇ ਦੇ ਰੂਪ ਚ ਜ਼ਰੂਰ ਸਾਂਝੀ ਕਰਨੀ ਚਾਹੁੰਨਾ ਜਿਹੜੇ ਨੇਤਾ ਤੇ ਜਿਹੜੇ ਵੀ ਇੱਥੇ ਝੋਲੀ ਚੱਕ ਜੇ ਨੈਸ਼ਨਲ মিডিਆ ਦੇ ਕੁਝ ਅੰਗ ਇਹ ਗੱਲ ਚੌਥੇ ਕਰਨੇ ਕਹਿ ਦਿੰਦੇ ਆ ਕਿ ਸਰਦਾਰ ਇਉਂ ਹੁੰਦੇ ਹਨ ਪੰਜਾਬੀ ਤਾਂ ਖਾਲਸਤਾਨੀ ਹੁੰਦੇ ਹਨ ਪੰਜਾਬ ਤਾਂ ਐਦਾਂ ਹੁੰਦੇ ਹਨ ਪੰਜਾਬ ਦੇ ਵਿੱਚ ਆ ਗੱਲਾਂ ਚੱਲਦੀਆਂ ਹਨ ਉਹ ਹੁਣ ਦੱਸਣ ਵੀ ਭਾਈ ਪੰਜਾਬ ਦੇ ਖਿਡਾਰੀਆਂ ਨੇ ਕਿੰਨੇ ਮੈਡਲ ਜਿੱਤੇ ਆ ਦੱਸੋ ਭਾਈ ਸਿਫਤ ਕੌਰ ਕਿਸੇ ਖਾਲਸਤਾਨ ਨਾਲ ਜੁੜੀ ਆ ਕਿ ਵੈਸੇ ਮੈਡਲ ਜਿੱਤ ਜਿੱਤ ਕੇ ਕਮਾਲ ਕਰਨ ਵਾਲੀ ਆ ਜਿਹੜੀਆਂ ਕੁੜੀਆਂ ਨੇ ਬਾਕੀਆਂ ਨੇ ਮੈਡਲ ਜਿੱਤੇ ਆ ਜਿਹੜੇ ਮੁੰਡਿਆਂ ਨੇ ਕਮਾਲਾਂ ਕੀਤੀਆਂ ਹੁਣ ਦੱਸੋ ਵੀ ਉਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਆ ਸਾਨੂੰ ਆਪਣੇ ਖਿਡਾਰੀਆਂ ਦੇ ਉੱਤੇ ਮਾਣ ਕਰਨਾ ਚਾਹੀਦਾ ਜਦੋਂ ਅਰਸ਼ਦੀਪ ਦੇ ਕੋਲੋਂ ਕੈਚ ਛੁੱਟ ਜਾਂਦਾ ਤੇ ਲੰਗ ਲਾਣਾ ਜਿਹੜਾ ਉਹ ਨਿਤ ਕੋਈ ਨਾ ਕੋਈ ਟਿੰਡ ਚ ਕੰਨਾ ਪਾ ਕੇ ਬਹਿ ਜਾਂਦਾ ਇਸ ਨੇ ਦੇਸ਼ ਦੀ ਬਦਨਾਮੀ ਕਰ ਲਈ ਇਹ ਤਾਂ ਜਾਣਬੁੱਝ ਕੇ ਕੈਚ ਛੱਡ ਦਿਆ ਗਿਆ ਇਹ ਤਾਂ ਅਲੱਗ ਸੋਚ ਵਾਲੇ ਲੋਗ ਆ ਇਹ ਤਾਂ ਅਲੱਗ ਰਾਜਿਆ ਕੀ ਮੰਗ ਕਰਨ ਵਾਲੇ ਲੋਗ ਆ ਤੇ ਹੁਣ ਦੱਸੋ ਭਾਈ ਜਦੋਂ ਉਹ ਲਗਾਤਾਰ ਵਿਕਟਾਂ ਲੈਂਦਾ ਉਦੋਂ ਆਪਜੀ ਕੀ ਕਹਿੰਨੇ ਹੋ ਹੁਣ ਜੇਕਰ ਤੁਸੀਂ ਨਹੀਂ ਸਿਫਤ ਕਰਦੇ ਪੰਜਾਬੀ ਖਿਡਾਰੀਆਂ ਦੀ ਇਨਾਂ ਸਿੰਘਾਂ ਦੀ ਤੇ ਇਨਾਂ ਕੌਰਾਂ ਦੀ ਤਾਂ ਇਹਦਾ ਮਤਲਬ ਇਹ ਆ ਕਿ ਤੁਹਾਡੀ ਸੋਚ ਦੇ ਵਿੱਚ ਤੁਹਾਡੀ ਨੀਤ ਦੇ ਵਿੱਚ ਖੋਟ ਹੈ ਤੁਸੀਂ ਪੰਜਾਬਗਾਂ ਦੇ ਬਾਰੇ ਸੱਚੀ ਤੇ ਸੁੱਚੀ ਸੋਚ ਨਹੀਂ ਰੱਖਦੇ ਅਸੀਂ ਸਾਰੇ ਹੀ ਦੇਸ਼ਾਂ ਦੇ ਖਿਡਾਰੀਆਂ ਦਾ ਮੈਂ ਫਿਰ ਕਹਿੰਨੇ ਵੀ ਮਾਨ ਸਨਮਾਨ ਕਰਦੇ ਆ ਪਰ ਜਿਸ ਤਰੀਕੇ ਦੇ ਨਾਲ ਇਤਕੀ ਨੈਸ਼ਨਲ ਮੀਡੀਆ ਦੇ ਵੱਲੋਂ ਪੰਜਾਬੀ ਖਿਡਾਰੀਆਂ ਦਾ ਉਹਨਾਂ ਜ਼ਿਕਰ ਨਹੀਂ ਕੀਤਾ ਜਾ ਰਿਹਾ ਇਹਦੇ ਉੱਤੇ ਕਦੇ-ਕਦੇ ਦੁੱਖ ਹੁੰਦਾ ਹੁਣ ਤੁਸੀਂ ਨਿੱਠ ਕੇ ਜ਼ਿਕਰ ਕਰੋ ਜਦੋਂ ਖਬਰ ਨਹੀਂ ਹੁੰਦੀ ਤੁਸੀਂ ਤਾਂ ਵੀ ਖਬਰ ਬਣਾ ਕੇ ਪੰਜਾਬ ਦੇ ਲੋਕਾਂ ਦੇ ਖਿਲਾਫ ਪੇਸ਼ ਕਰਦੇ ਆ ਤੇ ਹੁਣ ਪੰਜਾਬ ਦੇ ਹੱਕ ਦੇ ਵਿੱਚ ਗੱਲ ਕਰੋ ਵੀ ਭਾਈ ਸਿਫਤ ਕਰਨੀ ਜਾਂ ਸਿਫਤਾ ਕਰੋ ਲਗਾਤਾਰ ਕਰੋ ਇੱਕ ਕਿੰਟ ਦਾ ਪ੍ਰੋਗਰਾਮ ਬਾਕੀ ਖਿਡਾਰਮਾਂ ਦੇ ਲਈ ਬਾਕੀ ਖਿਡਾਰੀਆਂ ਵਾਸਤੇ ਪ੍ਰੋਗਰਾਮ ਕਰੋ ਸੋ ਇਸ ਵੇਲੇ ਭਾਰਤ 100 ਮੈਡਲ ਤਾਂ ਸਮਝ ਲਓ ਜਿੱਤ ਗਿਆ ਚੌਥੇ ਨੰਬਰ ਦੇ ਉੱਤੇ ਹੈਗਾ ਆਉਂਦੇ ਸਮੇਂ ਦੇ ਵਿੱਚ ਹੋਰ ਪ੍ਰਾਪਤਗਾ ਹੋਣੀਆਂ ਹਾਸਲ ਜੇਕਰ ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਸਹੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਉਹਨਾਂ ਦੀ ਬਾਹ ਫੜੀ ਜਾਵੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਦੇ ਫਿਕਰ ਨੂੰ ਆਪਣਾ ਫਿਕਰ ਸਮਝਿਆ ਜਾਵੇ ਉਹਨਾਂ ਨੂੰ ਸੁਰੱਖਰੂ ਕੀਤਾ ਜਾਵੇ ਆਰਥਿਕ ਪੱਖ ਤੋਂ ਜਾਣਦੇ ਜਾਣੇ ਇੱਕ ਹੋਰ ਖਬਰ ਸਾਂਝੀ ਕਰਨੀ ਬਣਦੀ ਹੈ ਲੰਗੇ ਕੱਲ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਟਵੀਟ ਦੇ ਨਾਲ ਇੱਕ ਫੋਟੋ ਪੋਸਟ ਕੀਤੀ ਗਈ ਹੈ ਇਹਦੇ ਵਿੱਚ ਇੱਕ ਬੰਦਾ ਹਸਪਤਾਲ ਦੇ ਬੈੱਡ ਤੇ ਪਿਆ ਦੋ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਕੋਲੇ ਬੈਠੇ ਹੈ ਇੱਕ ਸਿਵਲ ਵੀ ਹੈ ਜਿਹਦੇ ਆਮ ਸਧਾਰਨ ਕੱਪੜੇ ਪਾਏ ਤੁਹਾਡੇ ਵਰਗਾ ਮੇਰੇ ਵਰਗਾ ਉਹਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਗੱਲ ਕਹੀ ਹੈ ਕਿ ਖਡੂਰ ਸਾਹਿਬ ਦੇ ਆਮ ਆदमी ਪਾਰਟੀ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲਾ ਸਾਹਿਬ ਇਹ ਨੇ ਮਾਈਨਿੰਗ ਮਾਫੀਆ ਨਾਲ ਜੁੜੇ ਹੋਏ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਹੋਇਆ ਪਰ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਿਸ ਇੱਕ ਵੀ ਦਿਨ ਇਹਨਾਂ ਨੂੰ ਜੇਲ੍ਹ ਨਹੀਂ ਲੈ ਕੇ ਗਈ ਤੇ ਇਹ ਪਹਿਲੇ ਦਿਨ ਤੋਂ ਇੱਥੇ ਹਸਪਤਾਲ ਦੇ ਵਿੱਚ ਪ੍ਰਾਈਵੇਟ ਨਿੱਜੀ ਕਮਰੇ ਦੇ ਵਿੱਚ ਇੱਕ ਸਪੈਸ਼ਲ ਕਮਰੇ ਦੇ ਵਿੱਚ ਵੀ ਵੀ ਆਈ ਪੀ ਸਹੂਲਤਾ ਲੈ ਰਹੇ ਆ ਕਦੇ ਘਰੇ ਚਲੇ ਜਾਂਦੇ ਆ ਕਦੇ ਘਰ ਦੇ ਇਹਨਾਂ ਨੂੰ ਮਿਲਣ ਆ ਜਾਂਦੇ ਆ ਤੇ ਆਹ ਦੇਖੋ ਜੀ ਇਨਕਲਾਬ ਤੇ ਆਹ ਹੈ ਆਪਣੀ ਦੀ ਸਰਕਾਰ ਹੋਣ ਦਾ ਫਾਇਦਾ ਜੇਕਰ ਜੀਜਾ ਜੀ ਜਾਂ ਏਕਰ ਨੇੜਲੇ ਰਿਸ਼ਤੇਦਾਰ ਐਮਐਲਏ ਹੋਣ ਵੱਡੇ ਨੇਤਾ ਹੋਣ ਸੱਤਾਧਾਰੀ ਧਰਨੇ ਹੋਣ ਤਾਂ ਫਿਰ ਇਦਾਂ ਮੌਜਾਂ ਵੀ ਲੱਗ ਜਾਂਦੀਆਂ ਫਿਰ ਕੋਈ ਲੋੜ ਨਹੀਂ ਅੰਦਰ ਜਾਣ ਦੀ ਹੁਣ ਇਸ ਖਬਰ ਦੀ ਪਿੱਠਕੂ ਭੂਮੀ ਦੇਖੋ ਕਿਉਂਕਿ ਗੁਰਮੀਤ ਸਿੰਘ ਤੋਹਾਂ ਜਿਹੜੇ ਕਿ ਤਰਨਤਾਰਨ ਦੇ ਐਸਐਸਪੀ ਸਾਹਿਬ ਉਹਨਾਂ ਦਾ ਤਬਾਦਲਾ ਕੀਤਾ ਗਿਆ ਪਿਛਲੇ ਨਹੀਂ ਜਦੋਂ ਤਬਾਦਲਾ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਫੁੱਲਾਂ ਦਾ ਮੀਂਹ ਵਰਾਤਾ ਉਹਨਾਂ ਦੀ ਜਿਪਸੀ ਦੇ ਉੱਤੇ ਵੀ ਕਮਾਲ ਦੀ ਨੌਕਰੀ ਕੀਤੀ ਇਹਨਾਂ ਨੇ ਪਰ ਤਬਾਦਲਾ ਇਸ ਕਰਕੇ ਹੋਇਆ ਕਿ ਇਹਨਾਂ ਜੀ ਧੱਕਾ ਕੀਤਾ ਗਿਆ ਧੱਕਾ ਕਿਵੇਂ ਕੀਤਾ ਗਿਆ ਕਿਉਂਕਿ ਪੁਲਿਸ ਦੇ ਵੱਲੋਂ ਇਥੇ ਇੱਕ ਪਿੰਡ ਦੇ ਵਿੱਚ ਰਾਤ ਦੇ ਵੇਲੇ ਮਾਈਨਿੰਗ mafia ਨਾਲ ਸੰਬੰਧਿਤ 12-13 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ। ਉਹਨਾਂ 12-13 ਦੇ ਵਿੱਚ ਇੱਕ ਵਿਧਾਇਕ ਸਾਹਿਬ ਦੇ ਨੇੜਲੇ ਰਿਸ਼ਤੇਦਾਰ ਵੀ ਐ। ਰਿਸ਼ਤੇਦਾਰ ਤੇ ਪਰਚਾ ਦਰਜ ਹੋਇਆ ਵਿਧਾਇਕ ਸਾਹਿਬ ਨੂੰ ਉਸ ਵੇਲੇ ਗੁੱਸਾ ਆਇਆ ਗੁੱਸੇ ਦੇ ਵਿੱਚ ਪੋਸਟ ਪਾਈ ਸਰਕਾਰ ਨੇ SSP ਦੇ ਖਿਲਾਫ ਐਕਸ਼ਨ ਲੈ ਲਿਆ ਤੇ ਰਾਜਪਾਲ ਦੇ ਵੱਲੋਂ ਹੁਣ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਕੇ ਉੱਤਰ ਪੁੱਛਿਆ ਗਿਆ ਵੀ ਭਾਈ ਮਾਈਨਿੰਗ mafia ਬਾਰੇ ਵਿਧਾਇਕਾਂ ਦੇ ਰਿਸ਼ਤੇਦਾਰਾਂ ਦੇ ਬਾਰੇ ਪੁਲਸ ਦੇ ਪ੍ਰਿਸ਼ਟਾਚਾਰ ਬਾਰੇ ਤੇ ਐਸਐਸਪੀ ਦੇ ਤਬਾਦਲੇ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਰਿਪੋਰਟ ਦਿਓ ਯਾਨੀ ਕਿ ਇਹ ਗੱਲ ਆ ਵੀ ਆਉਂਦੇ ਸਮੇਂ ਦੇ ਵਿੱਚ ਮਾਈਨਿੰਗ ਮਾਫੀਆ ਦੇ ਮਾਮਲੇ ਦੇ ਉੱਤੇ ਪੰਜਾਬ ਦੀ ਪੁਲਿਸ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਘੇਰਾ ਪਾਊਗਾ ਅਸੀਂ ਇਹ ਗੱਲ ਕਹਿੰਨੇ ਵੀ ਪੰਜਾਬ ਦੀ ਪੁਲਿਸ ਸਹੀ ਕੰਮ ਨਹੀਂ ਕਰਦੀ ਬਹੁਤ ਸਾਰੀਆਂ ਥਾਵਾਂ ਤੇ ਗੱਲ ਚੱਲਦੀ ਤੇ ਕਈ ਥਾਵਾਂ ਤੇ ਨਹੀਂ ਵੀ ਕਰਦੀ ਇਹ ਵੀ ਗੱਲ ਸੱਚੀ ਆ ਪਰ ਇੱਥੇ ਗੁਰਮੀਤ ਸਿੰਘ ਚੋਹਾਨ ਹੋਣਾ ਦਾ ਕਸੂਰ ਕੀ ਸੀ ਹਾਲੇ ਤੱਕ ਸਾਹਮਣੇ ਨਹੀਂ ਆਈ ਗੱਲ ਜਿਹੜੇ ਜਿਹੜੇ ਪੁਲਿਸ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੋਗੀ ਉਹਨਾਂ ਨੇ ਮਾਫੀਏ ਨੂੰ ਰੋਕਣ ਦੇ ਲਈ ਜੇਕਰ ਮਾਈਨਿੰਗ ਨੂੰ ਰੋਕਣ ਦੇ ਲਈ ਕਾਰਵਾਈ ਕੀਤੀ ਤੇ ਜੇਕਰ ਆਪਾਂ ਕਹਿੰਦੇ ਵੀ ਤੁਸੀਂ ਗਲਤ ਕਾਰਵਾਈ ਕੀਤੀ ਤਾਂ ਫਿਰ ਤੱਥਾਂ ਸਮੇਤ ਗੱਲ ਸਾਬਤ ਕਰਨੀ ਪड़ਦੀ ਸੀ ਵੀ ਤੁਸੀਂ ਪਾਈ ਨਜਾਇਜ਼ ਬੰਦੇ ਫਸਾਏ ਆ ਆ ਸਾਡੇ ਕੋਲ ਸਬੂਤ ਆ ਇਹਦਾ ਕਾਰਨ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਵਿਧਾਇਕ ਦੇ ਨਿਰਲੇ ਆ ਵਧਾਇਕ ਨੇ ਕਿਹਾ ਵੀ ਇਸ ਕਰਕੇ ਇਹਨੂੰ ਛੱਡਦੇ ਹੋ ਤੇ ਇਹਦੇ ਗੱਲ ਦੇ ਵਿੱਚ ਫਹਾ ਪਾ ਦਿਓ ਇਦਾਂ ਦੀ ਗੱਲ ਨਹੀਂ ਸੀ ਹੋਣੀ ਚਾਹੀਦੀ ਸੋ ਵਿਰੋਧੀ ਪਾਰਟੀ ਗੰਨੇ ਕੋਲੇ ਬਹੁਤ ਵੱਡਾ ਮੁੱਦਾ ਮਾਈਨਿੰਗ ਦਾ ਮੁੱਦਾ ਪਿਛਲੀ ਸਰਕਾਰ ਦੇ ਮੌਕੇ ਵੀ ਬਹੁਤ ਸੀ ਤੇ ਮੈਨੂੰ ਕੈਜਰੀਵਾਲ ਸਾਹਿਬ ਦੀ ਕੱਲੀ ਕੱਲੀ ਗੱਲ ਚੇਤੇ ਆਉਂਦੀ ਹੈ ਕਿ ਹਮਨ ਤੋਂ ਮਾਈਨਿੰਗ ਸੇ ਇਤਨੇ ਪੈਸੇ ਕਮਾ ਲੇਂਗੇ ਰੇਤ ਕੇ ਕਾਰੋਬਾਰ ਸੇ ਇਤਨੇ ਪੈਸੇ ਕਮਾएंगे ਹਮੇ ਪਤਾ ਹੈ ਕਿ ਕਿਸ ਤਰੀਕੇ ਸੇ ਪੰਜਾਬ ਕੋ ਅੱਗੇ ਵਧਾਣਾ ਹੈ ਹਮਾਰੇ ਪਾਸ ਤੋਂ 70000 ਕਰੋੜ ਰੁਪਏ ਦਾ ਪਹਿਲੇ ਸੇ ਹੀ ਪ੍ਰਬੰਧ ਹੈ ਇਹ ਗੱਲਾਂ ਹੁੰਦੀਆਂ ਸੀ ਪਰ ਮਾਈਨਿੰਗ ਮਾਫੀਆ ਦੇ ਕਰਕੇ ਅੱਜ ਸਰਕਾਰ ਦੀ ਕਿਰਕਰੀ ਵੀ ਹੋ ਰਹੀ ਹੈ ਵਿਰੋਧੀ ਪਾਰਟੀਆਂ ਗੱਲ ਕਹਿ ਰਹੀਆਂ ਕਿ ਵਿਧਾਇਕ ਦੇ ਦਬਾਅ ਦੇ ਕਰਕੇ ਇੱਕ ਐਸਐਸਪੀ ਦਾ ਬਦਲਾ ਕਰ ਦਿੱਤਾ ਗਿਆ ਵਿਧਾਇਕ ਦੇ ਰਿਸ਼ਤੇਦਾਰ ਨੂੰ ਵੀਵੀਆਈਪੀ ਸਹੂਲਤਾਂ ਮਿਲ ਰਹੀਆਂ ਜੇਲ੍ਹ ਦੇ ਵੱਲ ਲਿਜਾਇਆ ਨਹੀਂ ਗਿਆ ਪਰਚਾ ਦਰਜ ਹੋਣ ਦੇ ਬਾਵਜੂਦ ਇਹਨਾਂ ਗੱਲਾਂ ਦਾ ਉੱਤਰ ਕੋਈ ਦੇਊਗਾ ਕਿ ਨਹੀਂ ਦੇਊਗਾ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਲਈ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ